ਬੰਦਿਆਂ ਦਾ ਅਰੇਂਜਮੈਂਟ ਹੈ ਜਾਂ ਕੁਝ ਕਿੰਨਾ ਕੁ ਐਸਟੀਮੇਟ ਦੱਸਿਆ ਗਿਆ ਕੁਝ? ਸਾਰੀ ਤਿਆਰੀ ਹੋ ਚੁੱਕੀ ਹੈ। ਤਕਰੀਬਨ ਸਾਰੀ ਤਿਆਰੀ ਮੁਕੰਮਲ ਹੋ ਚੁੱਕੀ ਹੈ। ਠੀਕ, ਜਿਨ੍ਹਾਂ ਨੇ ਦਰਸ਼ਨ ਕਰਨ ਆਣਾ ਆਹ ਲਾਈਨਾਂ ਜਿਹੜੀਆਂ ਆਈਆਂ ਆ ਤੇ ਤੋਂ ਉੱਪਰ ਸਟੇਜ ਦੇ ਉੱਪਰ ਜਾ ਕੇ ਖੁਸ਼ ਹੋ ਰਿਹਾ ਵੀ ਐਡਾ ਵਧੀਆ ਅਰੇਂਜਮੈਂਟ ਕਰ ਰਹੇ ਆ। ਠੀਕ ਹੈ, ਸਕਰੀਨ ਲੱਗ ਰਹੀ ਹੈ। ਸਪੈਸ਼ਲ ਦਾਲ ਬਣ ਰਹੀ ਹੈ ਅੱਜ ਦੇਖ ਲਈ। ਹਾਂਜੀ, ਜੋ ਕਿ ਪ੍ਰਾਤਨ ਸਮੇਂ ਦੇ ਭਾਂਦੇ ਸੀ ਜੱਗ ਸੀ ਇੱਥੇ ਮੰਜੰਤਾਂ ਨੂੰ ਖਲਾਣੀਆਂ ਦੇਖਦੇ ਕਰਾ ਜੀ। ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਜਿੱਦਾਂ ਕਿ ਹੁਸ਼ਿਆਰਪੁਰ ਦੇ ਵਿੱਚ ਦੂਸਰੀ ਬਾਲਾ ਜੀ ਦੀ ਚੌਂਕੀ ਦੁਸ਼ਹਿਰਾ ਗਰਾਊਂਡ ਹੁਸ਼ਿਆਰਪੁਰ ਦੇ ਵਿੱਚ ਹੋ ਰਹੀ ਹੈ ਅਤੇ ਜਿੱਥੇ ਕਿ ਜਿਹੜੇ ਸਿੰਗਰ ਆ ਰਹੇ ਨੇ ਰਾਜ ਪਾਰਿਕ ਜੀ ਔਰ ਅੰਜਲੀ ਤ੍ਰਿਵੇਦੀ ਜੀ ਅਤੇ ਇਹ ਹੈਗਾ ਮੇਨ ਗੇਟ। ਅਤੇ ਚਲੋ ਦੇਖਦੇ ਹਾਂ ਕਿੰਨੀਆਂ ਕੁ ਤਿਆਰੀਆਂ ਹੋ ਚੁੱਕੀਆਂ ਅਤੇ ਕੁਛ ਜਿਹੜੇ ਇੱਥੇ ਦੇ ਮੈਂਬਰ ਨੇ ਉਹ ਮਿਲਦੇ ਉਹਨਾਂ ਨਾਲ ਇੰਟਰਵਿਊ ਕੀਤੀ ਜਾਊਗੀ। ਬਣੇ ਰਹੋ ਇਸ ਵੀਡੀਓ ਨੂੰ ਅਤੇ ਕਮੈਂਟ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਅਤੇ ਆਹ ਮੇਨ ਐਂਟਰੀ ਹੈ। ਨਮਸਕਾਰ ਭਾਅ ਜੀ, ਕਿੰਨੀਆਂ ਕੁ ਤਿਆਰੀਆਂ ਹੋ ਚੁੱਕੀਆਂ ਭਾਅ ਜੀ? ਇੱਧਰ ਚੱਲ ਰਿਹਾ ਜੀ ਲੰਗਰ ਬਣ ਰਿਹਾ ਆ ਤੇ ਉਹ ਵੀ ਮੈਂ ਵੀਡੀਓ ਚ ਕਵਰ ਕਰਨਾ। ਤੇ ਪਹਿਲਾਂ ਜਦੋਂ ਜਿੱਦਾਂ ਤੁਸੀਂ ਆਉਣਾ ਨਾ ਮੈਂ ਤੁਹਾਨੂੰ ਇਹ ਪੂਰਾ ਸਮਝਾ ਦਿੰਦਾ ਕਿ ਕਿੱਥੋਂ ਤੁਹਾਡੀ ਐਂਟਰੀ ਹੋਣੀ ਹੈ ਅਤੇ ਕਿੱਧਰੋਂ ਕਾਰਾਂ ਦੀ ਐਂਟਰੀ ਹੈ ਅਤੇ ਕਿੱਧਰੋਂ ਪੈਦਲ ਵਾਲਿਆਂ ਦੀ ਐਂਟਰੀ ਹੈ। ਪੈਦਲ ਵਾਲਿਆਂ ਲਈ ਐਂਟਰੀ ਅਤੇ ਉਹ ਸਾਹਮਣੇ ਜਿੱਥੇ ਤੁਸੀਂ ਦੇਖ ਰਹੇ ਹੋ ਨਾ ਦੁਸ਼ਹਿਰਾ ਗਰਾਊਂਡ 'ਚ ਐਂਟਰੀ ਹੈ। ਕਾਰਾਂ ਤੋਂ ਜਿੰਨੇ ਵੀ ਜਾਣੇ ਆਉਣੇ ਆ ਸਾਰੇ ਉੱਧਰਲੀ ਸਾਈਡ ਤੋਂ ਆਉਣੇ ਆ ਜੀ। ਜੋੜਾ ਘਰ ਜਿਹੜਾ ਲੰਗਰ ਤਿਆਰ ਹੋ ਰਿਹਾ ਉਹ ਵੀ ਤੁਹਾਨੂੰ ਜਾ ਕੇ ਦਿਖਾਉਂਦਾ। ਇਸ ਆਹ ਜਿਹੜੀ ਜਗ੍ਹਾ ਹੈ ਇੱਥੇ ਸਾਰੇ ਟੇਬਲ ਲੈਣੇ ਆ, ਜਿਹੜਾ ਲੰਗਰ ਹੈ ਜੀ ਉਹ ਇੱਧਰਲੀ ਸਾਈਡ ਚੱਲੂਗਾ ਅਤੇ ਉਹ ਸਾਹਮਣੇ ਜਿਹੜਾ ਲੰਗਰ ਬਣ ਰਿਹਾ ਹੈ ਚਲੋ ਲੈ ਕੇ ਚੱਲਦਾ। ਜੀ ਲੰਗਰ ਪੰਡਾਲ ਦੇ ਵਿੱਚ ਪਹੁੰਚ ਚੁੱਕਾ ਹੈ ਅਤੇ ਜਿਹੜੀਆਂ ਜਿਹੜੀਆਂ ਸਬਜ਼ੀਆਂ ਰਾਤ ਲਈ ਤਿਆਰ ਹੋ ਰਹੀਆਂ ਆ ਫੁੱਲ ਮੈਂਸ਼ਨ ਕਰੂੰਗਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ। ਅਤੇ ਪੁੱਛਦੇ ਆ ਜੇ ਕੋਈ ਫ੍ਰੀ ਹੈਗਾ ਤਾਂ ਉਹਨਾਂ ਤੋਂ ਪੁੱਛਦੇ ਕਿਹੜੀ ਕਿਹੜੀ ਸਬਜ਼ੀ ਜਿਹੜੀ ਤਿਆਰ ਹੋ ਚੁੱਕੀ ਆ ਤਾਂ ਕਿਹੜੀ ਹੋਣ ਵਾਲੀ ਹੈ। ਨਮਸਕਾਰ ਭਾਅ ਜੀ, ਸ਼ੁਭ ਨਾਮ ਭਾਅ ਜੀ? ਗੌਰਵ ਨਾਮ। ਅਤੇ ਕਿਹੜੀ ਭਾਅ ਜੀ ਆਪਣਾ ਤੁਸੀਂ ਦੱਸਿਆ ਜੀ ਕੈਟਰਿੰਗ? ਹਾਂਜੀ, ਸ਼ਾਦੀ ਮੋਹਰ ਕੈਟਰਿੰਗ ਆ। ਠੀਕ ਹੈ, ਉਹਨਾਂ ਨੇ ਸੇਵਾ ਦਾ ਮੌਕਾ ਦਿੱਤਾ ਜੋ ਹੁਸ਼ਿਆਰਪੁਰ ਬਾਲਾ ਜੀ ਦਾ ਜਾਗਰਣ ਹੈਗਾ। ਸਪੈਸ਼ਲ ਦਾਲ ਬਣ ਰਹੀ ਹੈ ਅੱਜ ਦੇਖ ਲਈ। ਹਾਂਜੀ, ਜੋ ਕਿ ਪੁਰਾਤਨ ਸਮੇਂ 'ਚ ਬਣਦੀ ਸੀਗੀ ਅਤੇ ਅੱਜ ਅਸੀਂ ਇੱਥੇ ਜਨਤਾ ਨੂੰ ਖਿਲਾਣੀ ਆ ਦੇਖ ਦੀ ਦਾਲ। ਠੀਕ ਹੈ, ਦਾਲ ਮਟਰ ਪਨੀਰ ਆ, ਮਿਕਸ ਵੈਜ ਆ ਅਤੇ ਚਨਾ ਮਸਾਲਾ, ਰੁਮਾਲੀ ਫੁਲ, ਰੁਮਾਲੀ ਰੋਟੀ ਵੀ ਦੇਵਾਂਗੇ, ਤੰਦੂਰੀ ਰੋਟੀ ਵੀ ਦੇਵਾਂਗੇ। ਠੀਕ ਹੈ ਭਾਅ ਜੀ, ਦੱਸ ਰਹੇ ਸੀਗੇ ਇੱਧਰ ਕੀ ਲੱਗ ਰਿਹਾ? ਰੁਮਾਲੀ ਰੋਟੀ ਬਣ ਰਹੀ ਆ, ਰੋਟੀ ਪਤਲੀ ਰੱਖੀ ਆ ਇਹ ਰੁਮਾਲੀ ਰੋਟੀ ਸਾਡੀ ਬਣ ਰਹੀ ਹੈ ਜੀ। ਠੀਕ ਹੈ ਭਾਅ ਜੀ, ਮਟਰ ਪਨੀਰ ਬਣ ਰਿਹਾ ਜੀ? ਮਟਰ ਪਨੀਰ, ਠੀਕ ਹੈ ਭਾਅ ਜੀ। ਦੱਸ ਰਿਹਾ ਸੀ ਨਾ ਦਾਲ ਸਪੈਸ਼ਲ ਦੇਖਦੀ ਆ, ਦੇਖੋ ਇਹ ਸਵੇਰ ਤੋਂ ਅਸੀਂ ਰਿਜਣੀ ਰੱਖੀ ਹੋਈ ਹੈ, ਸ਼ਾਮ ਤੱਕ ਰਿਜੀ ਜਾਣੀ। ਹਾਂ, ਇਹਦਾ ਮੈਥਡ ਹੁੰਦਾ ਭਾਅ ਜੀ ਕੁਛ 12 ਘੰਟੇ ਜਾਂ 24 ਘੰਟੇ ਖਾਂਬੇ ਦਾ ਆਪਣਾ ਟੇਸਟ ਹੁੰਦਾ ਇਹਦਾ। ਇਹ ਚੀਜ਼ਾਂ ਲੁਪਤ ਹੋ ਗਈਆਂ ਹਿਮਾਚਲ 'ਚ ਜਿਹੜੀਆਂ ਭਾਅ ਜੀ, ਅੱਜ ਵੀ ਇਹ ਯੂਜ਼ ਹੁੰਦੀਆਂ ਨੇ। ਅਸਲੀ ਟੇਸਟ ਦਾਲ ਦਾ ਇਹੀ ਹੈ, ਇਹੀ ਹੈ। ਅਤੇ ਅੱਛਾ, ਇਹਦੇ ਵੀ ਦੋ ਜਿਹੜੇ ਪਤੀਲੇ ਲੋਹਾਂਡੇ ਬਣ ਰਹੇ ਨੇ ਅਤੇ ਉੱਧਰ ਕੱਚੀ, ਠੀਕ ਹੈ ਭਾਅ ਜੀ। ਅਤੇ ਆਹ ਭਾਅ ਜੀ ਇੱਧਰਲੀ ਸਾਈਡ ਫਰਾਈ ਹੋ ਰਹੀ, ਮਿਕਸ ਵੈਜ ਫਰਾਈ। ਪੰਡਾਲ 'ਚ ਕਿੰਨੇ ਕੁ ਬੰਦਿਆਂ ਦਾ ਅਰੇਂਜਮੈਂਟ ਹੈ ਜਾਂ ਕੁਛ ਕਿੰਨਾ ਕੁ ਐਸਟੀਮੇਟ ਦੱਸਿਆ ਗਿਆ ਕੁਛ? 7 ਤੋਂ 8 ਹਜ਼ਾਰ ਬੰਦੇ ਦਾ ਖਾਣਾ ਬਣ ਰਿਹਾ ਜੀ। ਠੀਕ ਹੈ, ਅਤੇ 10 ਹਜ਼ਾਰ ਬੰਦਾ ਵੀ ਆਊਗਾ ਤਾਂ ਖਾਣਾ ਮਿਲੂਗਾ। ਅਤੇ ਉਹਨੂੰ ਭਾਅ ਜੀ ਵਰਤਾਨ ਦੇ ਲਈ ਕੋਈ ਸਪੈਸ਼ਲ ਅਰੇਂਜਮੈਂਟ? ਇੱਕ ਟਾਈਮ 'ਤੇ 4 ਬਫੇ ਲੱਗਣੇ ਆ। ਠੀਕ ਹੈ ਭਾਅ ਜੀ, ਇੱਕ ਟਾਈਮ 'ਤੇ 1 ਸੈਕਿੰਡ 'ਤੇ ਬੰਦਾ 4 ਪਲੇਟਾਂ ਉਠਾ ਸਕਦਾ। ਓਕੇ ਭਾਅ ਜੀ, ਮਤਲਬ ਕਿ ਫੁੱਲ ਅਰੇਂਜਮੈਂਟ ਕਰ ਦਿੱਤਾ ਗਿਆ, ਕੋਈ ਤੰਗੀ ਨਹੀਂ ਆਊਗੀ, ਤਾਂ ਕਿ ਹਾਂ ਕੋਈ ਰਸ਼ ਨਾ ਪਵੇ ਜਾਂ ਕੋਈ ਧੱਕਾਸ਼ਾਹੀ ਨਾ ਹੋਵੇ। ਪ੍ਰੋਪਰ ਰੁਮਾਲੀ ਫੁਲਕੇ ਬਣਾਉਂਦਾ ਉਹਨਾਂ ਨਾਲ ਵੀ ਵਿਚਾਰ ਕਰਦੇ ਹਾਂ ਜੀ। ਭਾਅ ਜੀ ਕੀ ਹਾਲ ਚਾਲ ਆ? ਸਾਡੇ ਠੇਕੇਦਾਰ ਲੱਕੀ ਭਾਅ ਜੀ। ਲੱਕੀ ਭਾਅ ਜੀ ਹੁਸ਼ਿਆਰਪੁਰ ਤੋਂ ਹੀ ਆ? ਜਦੋਂ 2-4-5 ਕੁਇੰਟਲ ਆਟਾ ਪਕਾਉਣਾ ਹੋਵੇ ਭਾਅ ਜੀ ਨੂੰ ਸੰਪਰਕ ਕਰਨਾ। ਠੀਕ ਹੈ, ਤੁਸੀਂ ਮੈਨੂੰ ਕਾਰਡ ਦੇ ਦਿਓ, ਮੈਂ ਥੱਲੇ ਨੰਬਰ ਚਲਾ ਦੂੰਗਾ ਤੁਹਾਡਾ। ਠੀਕ ਹੈ ਭਾਅ ਜੀ। ਤੇ ਆ ਆਪਣੇ ਭਾਅ ਜੀ ਡਟੇ ਹੋਏ ਭਾਅ ਜੀ? ਕਿੰਨੇ ਵਜੇ ਤੋਂ ਸ਼ੁਰੂ ਹੋਏ ਰੁਮਾਲੀ ਰੋਟੀ ਬਣਾਉਣ ਦੇ? 10 ਵਜੇ ਤੇ ਬਣ ਜੂਗੀ, ਸ਼ਾਮ ਤੱਕ ਰੈਡੀ ਆ। ਸ਼ੁਭ ਨਾਮ, ਓਕੇ ਰਿਪੋਰਟ ਆ ਭਾਜੀ। ਲਓ ਜੀ ਲੰਗਰ ਜਿਹੜਾ ਬਣ ਰਿਹਾ ਆ ਭਾਜੀ, ਉਹਨਾਂ ਨੇ ਸਾਨੂੰ ਦੱਸਤਾ ਸ਼ਾਦੀ ਮੁਬਾਰਕ ਹੈ ਨਾ, ਸ਼ਾਇਦ ਇਹੀ ਨਾਮ ਦੱਸਿਆ ਸੀਗਾ। ਅਤੇ ਕੈਟਰਿੰਗ ਚੱਲਦੀ ਹੈ ਪਿੱਛੇ, ਅਤੇ ਹੁਣ ਦੂਜੀ ਸਾਈਡ ਚੱਲਦੇ ਹਾਂ ਸਟੇਜ, ਅਤੇ ਉਹ ਵੀ ਕਵਰ ਕਰਦੇ ਹਾਂ ਇਸ ਵੀਡੀਓ ਦੇ ਵਿੱਚ। ਅਤੇ ਤੁਸੀਂ ਸੀੜੀਆਂ 'ਤੇ ਆਰਾਮ ਨਾਲ ਬੈਠ ਸਕਦੇ ਹਾਂ। ਅਤੇ ਆਹ ਸਾਰੀ ਜਿਹੜੀ ਡੈਕੋਰੇਸ਼ਨ ਹੋਈ ਹੈ, ਅਤੇ ਉੱਧਰ ਚੱਲ ਰਿਹਾ ਅਰੇਂਜਮੈਂਟ ਸਟੇਜ ਦੇ, ਉਹ ਵੀ ਚੱਲਦੇ ਆ, ਗੱਲਬਾਤ ਕਰਦੇ ਹਾਂ ਕਿਸੇ ਨਾਲ ਜੇ ਕੋਈ ਮਿਲਦਾ ਤਾਂ। ਡੈਕੋਰੇਸ਼ਨ ਨਾਲ ਚੈੱਕ ਕਰ ਸਕਦੇ ਤੁਸੀਂ। ਅਤੇ ਇਹ ਹੈਗੀ ਹੈ ਜੀ 3 ਐਂਟਰ। ਚਲ ਭਾਅ ਜੀ ਕਿੰਨੀ ਕੁ ਤਿਆਰੀ ਹੋ ਚੁੱਕੀ ਹੈ? ਬਸ ਤਿਆਰੀ ਹੋ ਗਈ ਹੈ ਭਾਅ ਜੀ, ਇੱਕ ਐਂਟਰੀ ਆ। ਠੀਕ ਹੈ ਭਾਅ ਜੀ,
ਅੱਛਾ ਦੋ ਐਂਟਰੀ ਹੋ ਤਿਆਰੀ ਹੋ ਚੁੱਕੀ ਤੇ ਜਿਹੜਾ ਘੁੰਮ ਕੇ ਜਾਊਗਾ ਭਾਜੀ ਉਹ ਉਧਰਲੀ ਸਾਈਡ ਤੋਂ ਬਾਹਰ ਠੀਕ ਹੈ ਥੈਂਕ ਯੂ ਭਾਜੀ ਆਹ ਆ ਜਿਹੜੀ ਭਾਜੀ ਹੋਰਾਂ ਨੇ ਦੱਸੀ ਹੈ ਤੇ ਇੱਕ ਉਧਰਲੀ ਸਾਈਡ ਤੋਂ ਆਪਾਂ ਚੱਲਦੇ ਇਧਰਲੀ ਸਾਈਡ ਤੋਂ ਦੋਨੋਂ ਲਾਈਨਾਂ ਜੀ ਉਹ ਤੁਸੀਂ ਸਿੱਧਾ ਆ ਕੇ ਮੱਥਾ ਟੇਕਣਾ ਉੱਥੋਂ ਜੀ ਸਟੇਜ ਠੀਕ ਹੈ ਅਤੇ ਉਹ ਪਿੱਛੇ ਜਿਹੜੇ ਐਂਗਲ ਲੱਗ ਰਹੇ ਉੱਥੇ ਤੁਸੀਂ ਸੀਟਿੰਗ ਲਈ ਹੈ ਬੈਠ ਸਕਦੇ ਹੋ ਅਤੇ ਉਹ ਸਾਹਮਣੇ ਬਣ ਰਿਹਾ ਜੀ ਭਵਨ ਤਿਆਰੀ ਹੋ ਚੁੱਕੀ ਹੈ ਤਕਰੀਬਨ ਸਾਰੀ ਤਿਆਰੀ ਮੁਕੰਮਲ ਹੋ ਚੁੱਕੀ ਹੈ ਜੀ ਠੀਕ ਹੈ ਜੀ ਬਸ ਮਾੜੀ ਮੋਟੀ ਜਿਹੜੀ ਚਾਪੀ ਪਈ ਆ ਅਤੇ ਜਿਨ੍ਹਾਂ ਨੇ ਦਰਸ਼ਨ ਕਰਨ ਆਉਣਾ ਆਹ ਲਾਈਨਾਂ ਜਿਹੜੀਆਂ ਆਈਆਂ ਆ ਅਤੇ ਇਹ ਤੋਂ ਉੱਪਰ ਸਟੇਜ ਦੇ ਉੱਪਰ ਜਾ ਕੇ ਹਾਂਜੀ ਸਟੇਜ ਇਹ ਤਿੰਨ ਲਾਈਨਾਂ ਬਣੀਆਂ ਜੀ ਇਹ ਲਾਈਨਾਂ ਦੇ ਉੱਪਰ ਪੌੜੀ ਲੱਗੀ ਦੀ ਆ ਠੀਕ ਹੈ ਜੀ ਬਸ ਆਪ ਜਿਹੜੇ ਹੈਗੇ ਆ ਚਾਰ ਪੰਜ ਪੌਂਡੇ ਹੈਗੇ ਚੜ੍ਹ ਕੇ ਸਟੇਜ ਦੇ ਉੱਤੇ ਚੜ੍ਹ ਕੇ ਬਾਲਾ ਜੀ ਦੇ ਦਰਸ਼ਨ ਅਤੇ ਉੱਧਰੋਂ ਫਿਰ ਸਿੱਧੀ ਬਾਹਰ ਦੀ ਪੰਡਾਲ ਚੋਣੀ ਐਂਟਰੀ ਹੈ ਨਾ ਜੀ ਪ੍ਰਸ਼ਾਦ ਦਾ ਥੱਲੇ ਕਾਊਂਟਰ ਲਾਇਆ ਵਾਪਸੀ ਤੇ ਉਹਨਾਂ ਨੂੰ ਪ੍ਰਸ਼ਾਦ ਮਿਲੂਗਾ ਉੱਥੋਂ ਉਸ ਤੋਂ ਬਾਅਦ ਉੱਥੋਂ ਦੀ ਵਾਪਸੀ ਨਾਲੇ ਐਂਟਰੀਆਂ ਖੁੱਲੀ ਦੀਆਂ ਪੰਡਾਲ ਦੇ ਵਿੱਚ ਆ ਕੇ ਬੈਠਣ ਦੀ ਵਿਵਸਥਾ ਠੀਕ ਹੈ ਸ਼ੁਭ ਨਾਮ ਅੰਕ ਜੀ ਮੇਰਾ ਨਾਮ ਅਰੁਣ ਗੁਪਤਾ ਜੀ ਹਾਂਜੀ ਜਿਹੜੀ ਡੈਕੋਰੇਸ਼ਨ ਹੈ ਉਹ ਹੁਸ਼ਿਆਰਪੁਰ ਦੀ ਹੈ ਹਾਂਜੀ ਇਹ ਜਿਹੜਾ ਭਵਨ ਬਾਲਾ ਜੀ ਦਾ ਲੱਗ ਰਿਹਾ ਜੀ ਇਹ ਹੁਸ਼ਿਆਰਪੁਰ ਦੇ ਰਮਨ ਟੈਂਟ ਐਂਡ ਡੈਕੋਰੇਟ ਉਹ ਸਰ ਜੀ ਖੜੇ ਨੇ ਕੰਮ ਕਰਾ ਰਹੇ ਨੇ ਬਿਜੀ ਹੈ ਇਸ ਟਾਈਮ ਨਹੀਂ ਬਾਤੀ ਇਹਨੇ ਦੁਕਾਨ ਆ ਠੀਕ ਹੈ ਜੀ ਠੀਕ ਹੈ ਨੇ ਇਹ ਸਾਰਾ ਬਹੁਤ ਬਾਹਰ ਜਾਣ ਕੇ ਇਕੱਲਾ ਪੰਜਾਬ 'ਚ ਨੇ ਪੰਜਾਬ ਤੋਂ ਬਾਹਰ ਵੀ ਇਹ ਭਵਨ ਲੱਗਾ ਅੱਛਾ ਠੀਕ ਹੈ ਜੀ ਠੀਕ ਹੈ ਸਾਡੇ ਸ਼ਹਿਰ ਦੇ ਜਾਣ ਕੇ ਸਮਝ ਲਓ ਵੀ ਕਾਫੀ ਨਾਮ ਇਸ ਚੀਜ਼ ਦੇ ਵਿੱਚ ਇਹਨਾਂ ਨੇ ਹੁਸ਼ਿਆਰਪੁਰ ਦਾ ਨਾਮ ਕੱਢਿਆ ਤੇ ਕਿੰਨੇ ਕੁ ਵਜੇ ਤੱਕ ਭਵਨ ਤਿਆਰ ਹੋ ਜਾਊਗਾ ਕੁਝ ਆਈਡੀਆ ਹੁਣ ਹੋ ਜਾਣਾ ਹੀ 5:30 ਦੇ ਵਿੱਚ ਸਾਰਾ ਤਿਆਰ ਹੋ ਜਾਣਾ ਮਾ ਠੀਕ ਹੈ 7 ਵਜੇ ਪੂਜਾ ਹੈ ਹਾਂਜੀ ਹਾਂਜੀ ਹੋ ਜਾਏ ਜਾਤਰਾ ਸ਼ੁਰੂ ਹੋ ਜਾਊ ਠੀਕ ਹੈ ਥੈਂਕ ਯੂ ਸਰ ਜੀ ਤੇ ਨਮਸਕਾਰ ਸਰ ਸ਼ੁਭ ਨਾਮ ਤੇ ਸਰ ਕਿੱਦਾਂ ਦੇ ਅਰੇਂਜਮੈਂਟ ਹੋ ਰਹੇ ਆ ਤੇ ਕਿੰਨੀ ਕੁ ਤਿਆਰੀ ਹੋ ਚੁੱਕੀ ਹੈ ਕਿ ਅਰੇਂਜਮੈਂਟ ਦੇਖ ਕੇ ਨਾ ਮਨ ਖੁਸ਼ ਹੋ ਰਿਹਾ ਵੀ ਐਡਾ ਵਧੀਆ ਅਰੇਂਜਮੈਂਟ ਕਰ ਰਹੇ ਆ ਠੀਕ ਹੈ ਜੀ ਬੜੀ ਮਿਹਨਤ ਲਾ ਕੇ ਬੜੇ ਸਾਲਾਂ ਦਾ ਇੱਕ ਮਨ ਦੇ ਵਿੱਚ ਹੁੰਦੀ ਨਾ ਜਿਹੜੇ ਕਿ ਵਿਆਹ ਰੱਖਿਆ ਹੁੰਦਾ ਹੈ ਹਾਂਜੀ 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 ਵਿਆਹ ਤਾਂ ਵਿਆਹ ਇਹ ਤਾਂ ਹੈ ਹੀ ਪ੍ਰਭੂ ਦਾ ਵਿਆਹ ਪ੍ਰਭੂ ਦਾ ਹਾਂਜੀ 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 ਤੇ ਕਿੱਦਾਂ ਪੂਰਾ ਆਨੰਦ ਆ ਰਿਹਾ ਜੀ ਮੈਂ ਕਹਿੰਦਾ ਆਨੰਦ ਤਾਂ ਸ਼ਾਮ ਨੂੰ ਪਤਾ ਲੱਗਣਾ ਹੀ ਜਿਹੜੇ ਇੱਥੇ ਪ੍ਰੋਗਰਾਮ ਸ਼ੁਰੂ ਹੋਣਾ ਤੇ ਤੁਸੀਂ ਡਿਊਟੀ ਆਪ ਚੈੱਕ ਕਰ ਰਹੇ ਆ ਪੂਰੇ ਡਟੇ ਹੋਏ ਆ ਬਿਲਕੁਲ ਜੀ ਬਿਲਕੁਲ ਹੁਣ ਵੀ ਡਿਊਟੀ ਤੇ ਲੱਗੇ ਹੋਏ ਆ ਜੀ ਠੀਕ ਹੈ ਜੀ ਥੈਂਕ ਯੂ ਸਰ ਜੀ ਇੱਥੇ ਵੀ ਲੈ ਕੇ ਚੱਲਦਾ ਤੁਹਾਨੂੰ ਠੀਕ ਹੈ ਭਵਨ ਤੁਹਾਡੇ 5:30 ਵਜੇ ਤੱਕ ਤੇ ਸਾਊਂਡ ਜਿਹੜਾ ਸਾਰਾ ਲੱਗ ਚੁੱਕਾ ਹੈ ਤੇ ਆਹ ਦੇਖੋ ਜੀ ਆਹ ਸਾਹਮਣੇ ਸਟੇਜ ਦਾ ਇੱਕ ਵਿਊ ਤੁਹਾਨੂੰ ਦਿਖਾ ਦਿੰਦਾ ਵਧੀਆ ਸਕਰੀਨ ਲੱਗ ਰਹੀ ਹੈ ਆਹ ਭਾਜੀ ਭਾਜੀ ਨਮਸਕਾਰ ਕੀ ਹਾਲ ਚਾਲ ਆ ਭਾਜੀ ਡਟੇ ਹੋਏ ਡਿਊਟੀ ਤੇ ਤੇ ਕਿੰਨਾ ਕੰਮ ਹੋ ਚੁੱਕਾ ਭਾਜੀ ਕੰਮ ਭਾਜੀ ਬਸ ਫਤਿਹ ਹੀ ਆ ਫਤਿਹ ਹੀ ਆ ਤੇ ਸਕਰੀਨਾਂ ਵਗੈਰਾ ਖਾਤਾ ਕੋਈ ਨਹੀਂ ਆ ਕੰਪਲੀਟ ਸਾਰੇ ਰੈਡੀ ਆ ਜੀ ਪੂਰੇ ਪੰਡਾਲ 'ਚ ਕਿੰਨੀਆਂ ਸਕਰੀਨਾਂ ਲੱਗੀਆਂ ਭਾਜੀ ਚਾਰ ਲੱਗੀਆਂ ਭਾਜੀ ਇੱਕ ਆਹ ਹੋ ਗਈ ਇੱਕ ਉਹ ਸਾਹਮਣੇ ਹੋ ਗਈ ਇੱਕ ਅੱਗੇ ਹੋ ਗਈ ਜੀ ਠੀਕ ਹੈ ਇੱਕ ਲੰਗਰ ਹਾਲ 'ਚ ਹੋ ਗਈ ਠੀਕ ਹੈ ਸ਼ੁਭ ਨਾਮ ਭਾਜੀ ਮੇਰਾ ਅਮੋਲ ਥੈਂਕ ਯੂ ਭਾਜੀ ਥੈਂਕ ਯੂ ਨਮਸਕਾਰ ਭਾਜੀ ਭਾਜੀ ਕਿੱਦਾਂ ਦੀਆਂ ਤਿਆਰੀਆਂ ਹੋ ਚੁੱਕੀਆਂ ਬਹੁਤ 14-14 ਨਾਲ ਤਿਆਰੀਆਂ ਹੋ ਰਹੀਆਂ ਜੀ ਠੀਕ ਹੈ ਜੀ ਬਹੁਤ ਵੱਧ ਚੜ ਕੇ ਹਰ ਬੰਦਾ ਕਾਵੇ ਆ ਤੇ ਕੀ ਨਵਾਂ ਦੇਖਣ ਨੂੰ ਮਿਲੂਗਾ ਨਵਾਂ ਦੇਖਣ ਨੂੰ ਜੀ ਤੁਹਾਨੂੰ ਇੱਥੇ ਬਾਲਾ ਜੀ ਦਾ ਦਰਬਾਰ ਲੱਗ ਰਿਹਾ ਅੱਜ ਪਹਿਲੀ ਵਾਰ ਲੱਗ ਰਿਹਾ ਜਿਹੜੇ ਸਾਡੇ ਰਮਨ ਭਾਜੀ ਹੁਸ਼ਿਆਰਪੁਰ ਰਮਨ ਡੈਕੋਰੇਟਰ ਵਾਲਿਆਂ ਨੇ ਨਵਾਂ ਹੀ ਮੰਗਵਾਇਆ ਦਿੱਲੀ ਤੋਂ ਸਪੈਸ਼ਲ ਅੱਜ ਦੇ ਜਾਗਰਨ ਵਾਸਤੇ ਤੇ ਲੰਗਰ ਦੀਆਂ ਵੀ ਤਿਆਰੀਆਂ ਹੋ ਚੁੱਕੀਆਂ ਉਹ ਵੀ ਮੈਂ ਦਿਖਾਤੀ ਟੀਮਾਂ ਵਾਸਤੇ ਸਾਡੇ ਕੋਲ ਸ਼ਾਦੀ ਮੁਆਦਕ ਹੁਸ਼ਿਆਰਪੁਰ ਤੋਂ ਕੈਟਰ ਜਿਹੜੇ ਆ ਉਹਨਾਂ ਦੀ ਪੂਰੀ ਟੀਮ ਜੋਰ ਸ਼ੋਰ ਨਾਲ ਲੱਗੀ ਹੋਈ ਹੈ ਔਰ ਪੂਰਾ ਆਪਣਾ ਸਹਿਯੋਗ ਕਰ ਰਹੇ ਆ ਉਦੋਂ ਉਹਨਾਂ ਦੀ ਅੱਜ ਪੂਰੀ ਸੇਵਾ ਹੀ ਆ ਬਾਬਾ ਜੀ ਦੇ ਨਾਮ ਦੇ ਕਿੰਨੇ ਵਜੇ ਭਾਜੀ ਜਿਹੜੀ ਅੱਜ ਜਿਹੜਾ ਪ੍ਰੋਗਰਾਮ ਆ ਸ਼ੁਰੂ ਹੋ ਜਾਣਾ 8:15 ਦੇ ਵਿੱਚ ਸ਼ੁਰੂ ਹੋ ਜਾਣਾ ਜੀ ਠੀਕ ਹੈ ਭਾਜੀ ਤੇ ਜੀ ਇੱਥੇ ਤੱਕ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਦਾ ਤੁਸੀਂ ਕਮੈਂਟ ਕਰਦੇ ਇਹਨਾਂ ਦਾ ਮੋਟੀਵੇਸ਼ਨ ਮਿਲਦੀ ਹੈ ਤੇ ਹੋਰ ਵਧੀਆ ਤੋਂ ਵਧੀਆ ਜਿਹੜੀ ਵੀਡੀਓ ਬਣਾਉਂਦਾ ਰਹੂੰਗਾ ਠੀਕ ਹੈ ਜੀ ਥੈਂਕ ਯੂ ਮਿਲਦੇ ਹਾਂ ਨੈਕਸਟ ਵੀਡੀਓ 'ਚ ਬਾਏ ਜੀ